ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਜੀਤ ਚੰਨੀ ਅੱਜ ਸਾਡੇ ਬਹੁਤ ਹੀ ਪਿਆਰੇ ਵੀਰ ਗੀਤਕਾਰ ਦੀਪਾ ਬਹਿਵਣ ਵਾਲਾ ਦੀ ਕਲਮ ਚੋਂ ਲਿਖਿਆ ਹੋਇਆ ਬਹੁਤ ਹੀ ਸੋਹਣਾ ਜਿਹਾ ਗਾਣਾ ਹੈ ਸਾਰਾ ਗਾਣਾ ਸੁਣਨ ਵਾਲਾ ਜੀ ਤੇ ਸੁਣ ਕੇ ਸ਼ੇਅਰ ਜ਼ਰੂਰ ਕਰਨਾ ਆਜੋ ਕਰਦੇ ਆ ਦੋ ਬੋਲ ਤੁਹਾਡੇ ਨਾਲ ਸਾਂਝੇ ਆਜੋ ਫਿਰ ਹੁਸਮ ਹਥਿਆਰ ਕਦੇ ਬੱਚਾ ਸਪ ਦਾ ਤਿੰਨੇ ਹੁੰਦੇ ਮਤ ਨਹੀਂ ਹੋ ਬੰਦਾ ਜਿਹੜਾ ਮਨ ਵਿੱਚ ਪਾਪ ਰੱਖਦਾ ਜੀ ਉਹਦੀ ਹੁੰਦੀ ਜਿੱਤ ਨਹੀਂ ਹੋ ਬੰਦਾ ਜਿਹੜਾ ਮਨ ਵਿੱਚ ਪਾਪ ਰੱਖਦਾ ਜੀ ਉਹਦੀ ਹੁੰਦੀ ਜਿੱਤ ਨਹੀਂ ਕੋਈ ਆਖ ਦੇ ਸਿਆਣੇ ਸਦਾ ਤਤ ਕੱਢ ਕੇ ਆਖ ਦੇ ਸਿਆਣੇ ਸਦਾ ਤਤ ਕੱਢ ਕੇ ਇਹ ਝੂਠ ਬੋਲਣਾ ਬੰਦਾ ਜਿਹੜਾ ਇੱਜ਼ਤ ਦਾ ਹੌਲਾ ਹੁੰਦਾ ਗਾ ਜੀ ਕੋਈ ਖੜੇ ਕੋਲ ਨਾ ਹੋ ਬੰਦਾ ਜਿਹੜਾ ਇੱਜ਼ਤ ਦਾ ਨੀਵਾ ਹੁੰਦਾ ਗਾ ਜੀ ਕੋਈ ਉਹਦੇ ਖੜੇ ਕੋਲ ਨਾ ਹੋ ਪਰਦੇ ਦੇ ਵਿੱਚ ਤਿੰਨ ਚੀਜ਼ਾਂ ਰੱਖੀ ਏ ਪੂਜਨੀਖੇ ਜਾਂ ਨਤੀਜੀ ਨਾਰੀ ਮਿੱਤਰੋ ਹੋ ਮਾਪਿਆਂ ਦੇ ਘਰ ਦੀ ਇੱਜ਼ਤ ਹੁੰਦੀ ਆ ਘਰ ਵਿੱਚ ਕੁੜੀ ਜੇ ਕੋ ਵਾਰੀ ਮਿੱਤਰੋ ਹਮ ਮਾਪਿਆਂ ਨੇ ਕਰਦੀ ਇੱਜ਼ਤ ਹੁੰਦੀ ਐ ਘਰ ਵਿੱਚ ਕੁੜੀ ਜੇ ਕੋ ਵਾਰੀ ਮਿੱਤਰੋ ਹੋ ਰਨ ਦੀ ਕਮਾਈ ਬੰਦਾ ਖਾਣ ਗਿੱਜ ਜੇ ਰਨ ਦੀ ਕਮਾਈ ਬੰਦਾ ਖਾਣ ਗਿੱਜ ਦੇ ਇੱਜ਼ਤਾਂ ਦਾ ਜਾਣੇ ਉਹ ਕਦੇ ਮੁੱਲਣਾ ਪੁੱਤ ਘਰ ਵਿੱਚ ਹੋ ਜੇ ਗੱਬਰੂ ਹੱਦੋਂ ਬਾਦ ਯਾਰ ਉਹ ਕਦੇ ਨਹੀਂ ਇਹ ਖੁੱਲਣਾ